ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਇੱਕ ਨੋਡ ਦੇ ਬਦਲੇ ਲੱਖਾਂ ਲੈ ਕੇ ਲੁੱਟ ਕੇ 20 ਫੁੱਟ ਦੂਰੀ ਖੜੀ ਪੁਲਿਸ ਦੀ ਵੀ ਨਹੀਂ ਕੀਤੀ ਪਰਵਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹੁਣ ਤਾਂ ਕਿਸੇ ਤੇ ਯਕੀਨ ਕਰਨ ਦਾ ਸਮਾਂ ਨਹੀਂ ਪਤਾ ਨਹੀਂ ਲੱਗਦਾ ਕਿ ਕਿਸ ਨੇ ਕਦੋਂ ਧੋਖਾ ਦੇ ਜਾਣਾ ਹੈ ਲੋਕ ਪਲਾਂ ਚ ਹੀ ਹੱਥਾਂ ਤੇ ਸਿਰੋਜ ਮਾਰਿੰਦੇ ਨੇ ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਚ ਹਰਸ਼ ਮਨੀ ਚੈਂਜਰ ਦੀ ਦੁਕਾਨ ਦੇ ਮਾਲਕ ਨਰੇਸ਼ ਕੁਮਾਰ ਲਵਲੀ ਨੂੰ ਕੋਈ 2.5 ਲੱਖ ਰੁਪਏ ਦਾ ਚੋਨਾ ਲਾ ਗਿਆ ਇਸ ਦੁਕਾਨ ਦੇ ਬਿਲਕੁਲ ਨਾਲ ਹੀ ਵੀ ਫੋਰ ਦੀ ਦੂਈ ਤੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਫਿਰ ਵੀ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਦੀ ਪਰਵਾਹ ਨਹੀਂ ਕੀਤੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਹਰਸ਼ ਮਨੀ ਚੈਂਜਰ ਦੀ ਦੁਕਾਨ ਤੇ ਪ੍ਰਵਾਸੀ ਵਿਅਕਤੀ ਆਏ ਇਨ੍ਹਾਂ ਚ ਇੱਕ ਬੱਚਾ ਵੀ ਸ਼ਾਮਲ ਸੀ ਇੱਕ ਵਿਅਕਤੀ ਨੇ ਦੁਕਾਨ ਮਾਲਕ ਨੂੰ ਦੱਸਿਆ ਕਿ ਉਹ ਪੱਲੀਆਂ ਦੀ ਰੇੜੀ ਲੋਂਦਾ ਹੈ ਤੋ ਇਹ ਗਾਹਕ ਉਸ ਦਾ 5 ਦਾ ਨੋਟ ਦੇ ਕੇ ਗਿਆ ਹੈ ਜੋ ਕਿ ਵਿਦੇਸ਼ੀ ਕਰੰਸੀ ਹੈ ਉਹ ਦੁਕਾਨਦਾਰ ਨੂੰ ਪੁੱਛਣ ਆਇਆ ਸੀ ਕਿ ਨੋਟ ਕਿੱਥੋਂ ਬਦਲਿਆ ਜਾਏਗਾ ਦੁਕਾਨਦਾਰ ਨੇ ਉਸ ਵਿਅਕਤੀ ਨੂੰ ਕਿਹਾ ਕਿ ਉਹ ਪਹਿਲਾ ਨੋਟ ਲੈ ਆ ਕੇ ਦਿਖਾਵੇ ਇਹ ਪਤਾ ਨਹੀਂ ਲੱਗੇਗਾ ਕਿ ਇਹ ਕਿਸ ਮੁਲਕ ਦੀ ਕਰੰਸੀ ਹੈ ਤੇ ਉਸ ਦੀ ਕੀਮਤ ਕਿੰਨੀ ਹੋਏਗੀ ਇਸ ਤਰ੍ਹਾਂ ਗੱਲਬਾਤ ਕਰਕੇ ਉਹ ਪ੍ਰਵਾਸੀ ਬੰਦੇ ਚਲੇ ਗਏ ਜਦੋਂ ਉਹਨਾਂ ਨੇ ਜਾਣ ਤੋਂ ਬਾਅਦ ਦੁਕਾਨ ਮਾਲਕ ਨਰੇਸ਼ ਕੁਮਾਰ ਲਵਲੀ ਨੇ ਗੱਲਾਂ ਚੈੱਕ ਕੀਤਾ ਤਾਂ ਉਸ ਸਮੇਂ 2.5 ਲੱਖ ਤੋਂ ਵੱਧ ਦੀ ਰਕਮ ਗਾਇਬ ਸੀ ਦੁਕਾਨ ਮਾਲਕ ਨੇ ਸੀਸੀਟੀਵੀ ਚੈੱਕ ਕਰੇ ਤਾਂ ਮਗਾਮਲਾ ਰਿਕਾਰਡ ਸੇ ਜੋ ਪ੍ਰਵਾਸੀ ਵਿਅਕਤੀ ਦੁਕਾਨਦਾਰ ਨਾਲ ਗਾਲ ਕਾਰਿਆ ਸੀ ਤੇ ਪ੍ਰਵਾਸੀ ਦੇ ਨਾਲ ਆਇਆ ਇੱਕ ਬੱਚਾ ਗੱਲੇ ਚ ਇਹ ਰਕਮ ਕੱਢਣ ਚ ਕਾਮਯਾਬ ਹੋ ਗਿਆ ਬਾਕੀ ਖਬਰ ਨੂੰ ਅੰਤ ਤੱਕ ਖਾਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ